ਅੱਜ ਦਾ ਪਾਠ ਉਪਦੇਸ਼ਕ ਨਬੀ ਦਾ ਗ੍ਰੰਥ ਉਸਦਾ 3 ਬਾਬ 1 ਤੋਂ 11 ਆਇਤ। ਇਸ ਸੰਸਾਰ ਵਿੱਚ ਹਰ ਕੰਮ ਦੇ ਲਈ ਪਰਮੇਸ਼ਵਰ ਨੇ ਇੱਕ ਸਮਾਂ ਠਹਿਰਾਇਆ ਹੋਇਆ ਹੈ। ਜਨਮ ਦਾ ਸਮਾਂ ਅਤੇ ਮੌਤ ਦਾ ਸਮਾਂ, ਬੀਜਣ ਦਾ ਸਮਾਂ ਅਤੇ ਕੱਟਣ ਦਾ ਸਮਾਂ, ਮਾਰਨ ਦਾ ਸਮਾਂ ਅਤੇ ਚੰਗਾ ਕਰਨ ਦਾ ਸਮਾਂ, ਢਹਾਉਣ ਦਾ ਸਮਾਂ ਅਤੇ ਉਸਾਰਨ ਦਾ ਸਮਾਂ, ਦੁੱਖ ਦਾ ਸਮਾਂ ਅਤੇ ਅਨੰਤ ਦਾ ਸਮਾਂ, ਸੋਗ ਦਾ ਸਮਾਂ ਅਤੇ ਨੱਚਣ ਦਾ ਸਮਾਂ, ਭੋਗ ਕਰਨ ਦਾ ਸਮਾਂ ਅਤੇ ਭੋਗ ਨਾ ਕਰਨ ਦਾ ਸਮਾਂ, ਪਿਆਰ ਕਰਨ ਦਾ ਸਮਾਂ ਅਤੇ ਪਿਆਰ ਨਾ ਕਰਨ ਦਾ ਸਮਾਂ, ਲੱਭਣ ਦਾ ਸਮਾਂ ਅਤੇ ਖੋਹਣ ਦਾ ਸਮਾਂ, ਰੱਖਣ ਦਾ ਸਮਾਂ ਅਤੇ ਸੁੱਟਣ ਦਾ ਸਮਾਂ, ਪਾੜਨ ਦਾ ਸਮਾਂ ਅਤੇ ਸਿਉਣ ਦਾ ਸਮਾਂ, ਚੁੱਪ ਰਹਿਣ ਦਾ ਸਮਾਂ ਅਤੇ ਬੋਲਣ ਦਾ ਸਮਾਂ, ਮਿੱਤਰਤਾ ਦਾ ਸਮਾਂ ਅਤੇ ਕਿਰਨਾਂ ਦਾ ਸਮਾਂ, ਲੜਾਈ ਦਾ ਸਮਾਂ ਅਤੇ ਸ਼ਾਂਤੀ ਦਾ ਸਮਾਂ। ਮਨੁੱਖ ਨੂੰ ਉਸ ਦੀ ਕੀਤੀ ਸਾਰੀ ਮਿਹਨਤ ਦੇ ਬਦਲੇ ਵਿੱਚ ਕੀ ਮਿਲਦਾ ਹੈ? ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਨੇ ਸਾਡੇ ਉੱਤੇ ਕਿੰਨਾ ਭਾਰ ਲੱਦਿਆ ਹੈ। ਉਸ ਨੇ ਸੁੰਦਰਤਾ ਨਾਲ ਹਰ ਇੱਕ ਚੀਜ਼ ਦਾ ਸਮਾਂ ਠਹਿਰਾਇਆ ਹੈ। ਉਸ ਨੇ ਮਨੁੱਖ ਦੇ ਮਨ ਵਿੱਚ ਭਵਿੱਖ ਨੂੰ ਜਾਣਨ ਦੀ ਇੱਛਾ ਪੈਦਾ ਕੀਤੀ ਹੈ, ਪਰ ਉਸ ਨੂੰ ਇਹ ਗਿਆਨ ਨਾ ਦੇ ਕੇ ਪੂਰੀ ਤ੍ਰਿਪਤੀ ਨਹੀਂ ਦਿੱਤੀ ਹੈ। ਉਹ ਕੀ ਕਰਦਾ ਹੈ? ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਸੰਤ ਲੂਕਾ ਦੀ ਅੰਜੀਲ 9 ਬਾਬ ਉਹਦੀ 18 ਤੋਂ 22 ਹੈ। ਇੱਕ ਵਾਰ ਇੰਜ ਹੋਇਆ, ਜਦੋਂ ਯਿਸੂ ਇਕੱਲਾ ਪ੍ਰਾਰਥਨਾ ਕਰ ਰਿਹਾ ਸੀ, ਚੇਲੇ ਉਸ ਦੇ ਨਾਲ ਸਨ। ਉਸਨੇ ਉਹਨਾਂ ਤੋਂ ਪੁੱਛਿਆ, ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ? ਉਹਨਾਂ ਨੇ ਉੱਤਰ ਦਿੱਤਾ, ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਦੂਜੇ ਲੋਕ ਕਹਿੰਦੇ ਹਨ ਏਲੀਆ, ਹੋਰ ਦੂਜੇ ਕਹਿੰਦੇ ਹਨ ਕਿ ਪੁਰਾਣੇ ਨਵੀਆਂ ਵਿੱਚੋਂ ਕੋਈ ਜੀ ਉੱਠਿਆ ਹੈ। ਉਸਨੇ ਉਹਨਾਂ ਤੋਂ ਪੁੱਛਿਆ, ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ, ਖੁਦਾ ਦੇ ਮਸੀਹ। ਪਰ ਉਸਨੇ ਉਹਨਾਂ ਨੂੰ ਤਾਕੀਦ ਕੀਤੀ ਅਤੇ ਆਗਿਆ ਦਿੱਤੀ ਕਿ ਉਹ ਇਸ ਗੱਲ ਬਾਰੇ ਕਿਸੇ ਨੂੰ ਨਾ ਦੱਸਣ। ਇਹ ਕਹਿੰਦੇ ਹੋਏ, ਮਨੁੱਖ ਦੇ ਪੁੱਤਰ ਨੂੰ ਬਹੁਤ ਕੁਝ ਸਹਿਣਾ ਹੈ ਅਤੇ ਬਜ਼ੁਰਗਾਂ, ਪ੍ਰਧਾਨ ਪੁਰੋਹਿਤਾਂ ਅਤੇ ਧਰਮ ਗ੍ਰੰਥੀਆਂ ਵੱਲੋਂ ਰੱਦ ਕੀਤਾ ਜਾਣਾ ਹੈ ਅਤੇ ਮਾਰ ਦਿੱਤਾ ਜਾਣਾ ਹੈ ਅਤੇ ਤੀਸਰੇ ਦਿਨ ਜਿੰਦਾ ਕੀਤਾ ਜਾਣਾ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ।